ਅੱਜ ਆਪਾਂ ਸਾਰੇ ਹੀ ਜਿਵੇਂ ਹਰ ਵਾਰ ਸਾਲ ਦੀ ਤਰ੍ਹਾਂ ਸ਼ਿਵ ਮੰਦਿਰ ਚਹਿਲਾਂ, ਤੁਹਾਨੂੰ ਪਤਾ ਹੀ ਆ ਵੀ ਉਰੇ ਜਿਹੜਾ ਵੀ ਆ ਗਿਆ, ਜਿਹਨੇ ਧਿਆ ਲਿਆ, ਉਹਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹੀ ਹੁੰਦੀਆਂ, ਇਹ ਪ੍ਰਤੱਖ ਆ। ਮੈਂ ਜਿੱਦਣ 10 ਸਾਲ ਪਹਿਲਾਂ ਆ ਖੜੇ ਆ ਸਾਡੇ ਹੁਣ ਰਹੀ ਰਹੇ ਥਾਪਰ ਜੀ, ਟੀਟੂ ਥਾਪਰ ਜੀ ਸਾਡੇ ਸਤਿਕਾਰਯੋਗ, ਸਾਡੇ ਨੀਲ ਕਮਲ ਜੀ ਖੜੇ ਆ, ਉਹਨਾਂ ਦੇ ਬੇਟੇ ਖੜੇ ਆ ਇੱਧਰ, ਸਾਡੇ ਥਾਪਰ ਸਾਹਿਬ ਜਿਹੜੇ ਇਹ ਪਹਿਲੇ ਨੇ ਜਿਨ੍ਹਾਂ ਨੇ ਸਾਰਿਆਂ ਨੇ ਜਦੋਂ ਗੁਰੂ ਮਹਾਰਾਜ ਜੀ ਨੇ ਇਹ ਗੱਲ ਕਹੀ ਵੀ ਤੁਸੀਂ ਇਸ ਸਥਾਨ ਆ ਜਿਹੜਾ ਉਹ ਇੱਥੇ ਹੈਗਾ, ਇਮਤਿਹਾਨ ਹੀ ਲੈਣਾ ਹੁੰਦਾ ਨਾ ਵੀ ਲੁਧਿਆਣੇ ਤੋਂ 40 ਕਿਲੋਮੀਟਰ ਦੇ ਪਾਸੇ ਇੱਕ ਸ਼ਿਵ ਜੀ ਦਾ ਉਹਨਾਂ ਦਾ ਆਪ ਦਾ ਸਥਾਨ ਆ, ਉਹਨੂੰ ਲੱਭੋ। ਅਤੇ ਜਦੋਂ ਉਹ ਸਥਾਨ ਲੱਭਿਆ ਅਤੇ ਅੱਜ ਉਸ ਤਰੀਕ ਨੂੰ ਮੈਨੂੰ ਦੱਸ, ਅੱਜ 21 ਸਾਲ ਅੱਜ ਹੋ ਗਏ 2003 ਨੂੰ। ਅਤੇ ਉਹ ਉਦੋਂ ਵੀ ਉਹਨਾਂ ਨੇ ਸਾਰਿਆਂ ਨੇ ਕਿਹਾ ਵੀ ਉਰੇ ਜਿਹੜਾ ਲੰਗਰ ਆ, ਹਜੇ ਕਿ ਉਦੋਂ ਸਿਰਫ ਸਥਾਨ ਬਣਿਆ ਨਹੀਂ ਸੀ ਕੁਛ, ਵੀ 50,000 ਦਾ ਲੰਗਰ ਬਣਾਓ। ਅਤੇ ਸਾਰੇ ਹੈਰਾਨ ਵੀ ਉਰੇ ਤਾਂ 5 ਬੰਦੇ ਨਹੀਂ ਆਏ ਕਦੇ, ਵੀ 50,000 ਕਿੱਥੋਂ। ਅਤੇ ਅੱਜ ਤੁਸੀਂ ਦੇਖ ਰਹੇ ਹੋ ਉਹ ਭੋਲੇਨਾਥ ਦੀ ਕਿਰਪਾ, ਉਹ ਸ਼ਿਵ ਸ਼ੰਕਰ ਦੀ ਕਿਰਪਾ, ਵੀ ਪਤਾ ਨਹੀਂ ਕਿੰਨੇ ਕੁ ਹਜ਼ਾਰ ਲੋਕ ਇੱਥੇ ਰੋਜ਼ ਦਰਸ਼ਨ ਕਰਨ ਆਉਂਦੇ ਆ, ਅਤੇ ਉਹ ਦਿਨਾਂ 'ਚ ਤਾਂ ਲੱਖਾਂ ਆਉਂਦੇ ਆ, ਅਤੇ ਹਰ ਦੀ ਮਨੋਕਾਮਨਾ ਪੂਰੀ ਹੁੰਦੀ ਆ। ਅਤੇ ਮੈਂ ਆਪ ਇੱਕ ਸੱਚੀ ਗੱਲ ਆ ਵੀ ਇੱਕ ਨਿਮਾਣਾ ਜਿਹਾ ਉਹਨਾਂ ਦਾ ਭਗਤ, ਅਤੇ ਮੇਰੇ ਮਨ 'ਚ ਹਮੇਸ਼ਾ ਜਿਹੜੇ ਉਹ ਇਸ ਪਵਿੱਤਰ ਸਥਾਨ ਚਹਿਲਾ ਜੋ ਵੀ ਕਦੇ ਵੀ ਮੇਰੇ ਮਨ 'ਚ ਕੋਈ ਗੱਲ ਮੈਂ ਪ੍ਰਾਰਥਨਾ ਕਰਨੀ ਹੋਵੇ, ਤਾਂ ਚਾਹੇ ਲੁਧਿਆਣੇ ਬੈਠੇ, ਚੰਡੀਗੜ੍ਹ, ਦਿੱਲੀ ਬੈਠੇ, ਚਾਹੇ ਉਰੇ ਆ ਕੇ ਪਰਮਾਤਮਾ ਸ਼ਿਵ ਪੂਰੀਆਂ ਕਰਦੇ ਆ। ਅਤੇ ਉਸੇ ਤਰੀਕੇ ਨਾਲ ਮੈਂ ਸਮਝਦਾ ਵੱਧ ਤੋਂ ਵੱਧ ਇੱਥੇ ਲੋਕ ਆਓ ਅਤੇ ਆਪਣੀਆਂ ਝੋਲੀਆਂ ਭਰੋ। ਰੱਬ 'ਤੇ ਤਾਂ ਕੋਈ ਗਿਣਤੀ ਨਹੀਂ ਨਾ, ਜਿਹੜਾ ਆ ਕੇ ਗਿਆ ਜਿਹਨੇ ਝੋਲੀ ਅੱਡਤੀ ਉਹ ਤਾਂ ਭਰਨੀ ਭਰਨੀ ਆ। ਇਸ ਕਰਕੇ ਜਿੰਨਾ ਸਾਰਿਆਂ ਨੂੰ ਮੈਂ ਤੁਹਾਡੇ ਰਾਹੀਂ ਜੇ ਵੀ ਕੋਈ ਵੀ ਸੁਣਦਾ ਉਹ ਸ਼ਿਵ ਮੰਦਿਰ ਚਹਿਲਾਂ ਆ ਕੇ ਆਪਣੀਆਂ ਝੋਲੀਆਂ ਭਰੋ, ਕਿਸੇ ਦਿਨ ਆਓ, ਇਹ ਉਹਨਾਂ ਦੀ ਸ਼ਰਧਾ ਏ। ਪਰ ਜੋ ਜੀਵਨ 'ਚ ਚਾਹੀਦਾ ਉਹ ਮਿਲਦਾ। ਦੇਖੋ ਪਵਿੱਤਰ ਸਥਾਨ 'ਤੇ ਖੜੇ ਹਾਂ, ਸਾਡੇ ਲਈ ਸਭ ਕੁਛ ਸਾਡਾ ਲੁਧਿਆਣਾ ਏ, ਕਿਉਂਕਿ ਜ਼ਿਲ੍ਹਾ ਲੁਧਿਆਣਾ ਹੈ ਜਿੱਥੇ ਜੰਮੇ ਹਾਂ, ਪਲੇ ਹਾਂ, ਬੜੇ ਹੋਏ ਹਾਂ, ਜਿੱਥੇ ਸਾਡੇ ਪਰਿਵਾਰ ਆ। ਅਤੇ ਅਸੀਂ ਬਾਹਰ ਲਵਾਰਸ ਹੋ ਕੇ ਕਿਉਂ ਭਟਕੀਏ, ਆਪਣੇ ਘਰ 'ਚ ਕਿਉਂ ਨਹੀਂ, ਜਦੋਂ ਘਰ ਏ ਆ। ਦੇਖੋ ਪਵਿੱਤਰ ਸਥਾਨ 'ਤੇ ਮੈਂ ਖੜਾ ਏ, ਸਿਆਸੀ ਗੱਲਾਂ ਥੋੜ੍ਹੀਆਂ ਜਿਹੀਆਂ, ਮੈਂ ਮਾਫ਼ੀ ਚਾਹੂੰਗਾ। ਜਦੋਂ ਇਹ ਨਾਲ ਨੇ ਨਾ ਕੋਈ ਤਾਕਤ ਵੀ ਮੂਹਰੇ ਨਹੀਂ।